ਬੜੀ ਸੁਹਾਵੇ ਛਾਪੂਰੇ ਬੜੀ ਸੁਹਾਵੇ ਛਾਪੂਰੇ ਜਾ ਮੈਂ ਗੁਣ ਗਾ।
ਭਲੀ ਸੁਹਾਵੀ ਛਾਪਰੀ ਛਪਰੀ ਹੁੰਦੀ ਹੈ ਕੱਖਾਂ ਦੀ, ਪਰ ਉਸ ਛਪਰੀ ਦੇ ਕੱਖ ਸੋਨੇ ਦੀਆਂ ਤਾਰਾਂ ਨਾਲੋਂ ਕੀਮਤੀ ਜੇ ਵਿੱਚ ਬਹਿ ਕੇ ਕੋਈ ਗੁਣ ਗਾ ਰਹੇ ਤੇ ਜੇ ਗੁਣ ਨਹੀਂ ਗਾ ਰਿਹਾ ਤੇ ਫਿਰ ਭਾਵੇਂ ਬੈਠਾ ਤੌਲਰ ਵਿੱਚ, ਮਹਿਲ ਵਿੱਚ, ਸ਼ੀਸ਼ ਮਹਿਲ ਵਿੱਚ। ਸਾਹਿਬ ਆਖਦੇ ਨੇ ਕਿਸ ਲਿਖ, ਇਸੇ ਤਰ੍ਹਾਂ ਇਹ ਸਰੀਰ ਇਹ ਬੁੱਢੇ ਠੇਰੇ ਛਪਰੀਆਂ ਵਰਗੇ ਹੋਣ ਭਾਵੇਂ, ਜੇ ਭਾਵੇਂ ਸੁੰਦਰ ਨੌਜਵਾਨ ਹੋਵਣ, ਵਡਿਆਈ ਤਾਂ ਗੁਣ ਗਾਵਣ ਦੀ। ਇਹ ਸਰੀਰ ਵੀ ਮਾਨੋ ਇੱਕ ਛਪਰੀ ਹੈ, ਔਰ ਉਸਦੀ ਇਸ ਛਪਰੀ ਦੇ ਕੱਖ ਵੀ ਸੋਨੇ ਦੀਆਂ ਤਾਰਾਂ ਤੋਂ ਕੀਮਤੀ, ਜਿਹਦੀ ਰਸਨਾ ਗੁਣ ਗਾ ਰਹੀ ਹੈ, ਜਿਹਦੀ ਰਸਨਾ ਨਾਮ ਜਪ ਰਹੀ ਹੈ। ਪ੍ਰਹਲਾਦ ਨਾਮ ਨਾ ਜਪਦਾ ਅੱਜ ਕੌਣ ਜਾਣਦਾ ਪ੍ਰਹਲਾਦ, ਪਰ ਕਿੱਡੀ ਦ੍ਰਿੜਤਾ ਹੈ, ਇਤਨੀ ਦ੍ਰਿੜਤਾਰੀ, ਇਤਨੀ ਦ੍ਰਿੜਤਾ ਕੀਤੀ ਜਪਣ ਦੀ ਕਿ ਆਖਿਆ ਮੈਂ ਤਾਂ ਜਪਣਾ। ਉਹ ਪਾਉਂਦੇ ਮੇਰੀ ਪੱਟੀ ਤੇ ਹੁਣ ਕੁਛ ਹੋਰ ਨਾ ਲਿਖੀ, ਕਿਉਂਕਿ ਜਿੰਨਾ ਚਿਰ ਮੈਂ ਅਗਿਆਨੀ ਸਾਂ, ਮੂਰਖ ਸਾਂ, ਅੰਧੇਰੇ ਵਿੱਚ ਸਾਂ, ਤੂੰ ਜੋ ਕੁਝ ਲਿਖਦਾ ਰਿਹਾ ਮੈਂ ਪੜ੍ਹਦਾ ਰਿਹਾ, ਪਰ ਹੁਣ ਜਦ ਮੈਂ ਚਾਨਣੇ ਵਿੱਚ ਹਾਂ, ਮੇਰੀ ਅੱਖ ਖੁੱਲੀ ਹੈ, ਮੈਨੂੰ ਸੋਝੀ ਪਈ ਹੈ, ਤਾਂ ਪਾਂਦਿਆ ਮੈਂ ਤੇਰੇ ਅੱਖਰ ਨਾ ਪੜ੍ਹਾਂਗਾ, ਮੈਂ ਅੱਖਰ ਪੜ੍ਹਾਂਗਾ ਉਹ ਜੋ ਮੈਨੂੰ ਗੁਰੂ ਨੇ ਪੜ੍ਹਾਇਆ। ਉਹ ਅੱਖਰ ਹੈ ਪਰਮੇਸ਼ਰ ਦਾ ਨਾਮ। ਇਹ ਜਿਹੜੇ ਦੁਨੀਆਂ ਦੇ ਅੱਖਰ ਹਨ ਸਾਹਿਬ ਆਖਦੇ ਨੇ, ਇਹ ਅੱਖਰ ਖਿਰ ਜਾਏਗੇ। ਇਹ ਜਿਤਨੇ ਵੀ ਅੱਖਰ ਹਨ, ਚਾਹੇ ਕਿਸੇ ਵੀ ਇਲਮ ਦੇ ਹਨ, ਇਹ ਖਿਰ ਜਾਣ ਵਾਲੇ, ਇਹ ਅੱਖਰ ਖਿਰ ਜਾਏਗੇ। ਉਹ ਅੱਖਰ ਇਨਮੇ ਨਾ, ਉਹ ਅੱਖਰ ਇਸ ਪੜ੍ਹਾਈ ਨਾਲ ਨਹੀਂ ਆਉਂਦਾ, ਉਹ ਪੜ੍ਹਾਈ ਨਾਲ ਆਉਂਦਾ ਗੁਰਮੁਖਾਂ ਦੀ ਸੰਗਤ। ਉਹ ਅੱਖਰ ਪੜ੍ਹਨ ਵਾਸਤੇ ਫਿਰ ਬੁੱਲੇ ਸ਼ਾਹ ਵਾਂਗੂ ਲੋਕ ਲਾਜ ਤਿਆਗਣੀ ਪੈਂਦੀ। ਬੁੱਲਾ ਸ਼ਾਹ ਸੈਯਦ ਸੀ ਨਾ, ਪਰ ਕੰਜਰੀ ਦੇ ਚਵਾਰੇ ਜਾਂਦਾ ਕਿਉਂ, ਜਾ ਕੇ ਹੱਥ ਜੋੜ ਪੈਂਦਾ, ਬਾਈ ਮੈਨੂੰ ਸਿਖਾ, ਸ਼ਾਹ ਜੀ ਤੁਸੀਂ ਸਿੱਖੋਗੇ ਇਸ ਉਮਰ ਵਿੱਚ। ਇਹ ਤਾਂ ਕੋਈ ਬਚਪਨ ਤੋਂ ਲੱਗੇ ਤੇ ਤਾਂ ਕਿਤੇ ਰਗਾਂ ਰਸਦੀਆਂ ਹਨ, ਨਹੀਂ ਤਾਂ ਗਾਉਂਦੀ ਤਾਂ ਦੁਨੀਆ ਫਿਰਦੀ ਹੈ। ਜੇ ਰਗਾਂ ਨਹੀਂ ਰਸੀਆਂ, ਕੀਰਤਨ ਦੀ ਬਾਤ ਹੋ ਰਹੀ, ਇਹ ਤਾਂ ਕੋਈ ਕੈਸਾ ਵੀ ਸ਼ਬਦ ਪੜ੍ਹ ਲਏ, ਪੂਜਨ ਯੋਗ ਹੈ। ਇਹ ਗੱਲ ਹੈ ਇਲਮ ਹੁਨਰ ਦੀ, ਇਹ ਤਾਂ ਬਚਪਨ ਤੋਂ ਰਗਾਂ ਰਸਾਈਆਂ ਹੋਣ, ਮਾਰਾਂ ਖਾਧੀਆਂ ਹੋਣ,
ਸੁਰ ਲੈ ਦਾ ਪਤਾ ਹੋਵੇ ਤੇ ਫਿਰ ਜਿੱਥੇ ਖੜੋ ਕੇ ਬੋਲੇਗਾ ਕਲੇਜਾ ਕੱਢੇਗਾ। ਤੇ ਸ਼ਾਹ ਜੀ ਇਸ ਉਮਰ ਵਿੱਚ ਆਖ ਦਿਓ ਮੈਨੂੰ ਸਿਖਾ, ਕਿਆ ਕਰੋਗੇ ਸਿੱਖ ਕੇ? ਸ਼ੌਕ ਹੈ ਤਾਂ ਆ ਜਾਇਆ ਕਰੋ ਕਦੇ ਕਦੇ, ਇਹ ਕੋਠਾ ਮੇਰਾ ਨਾ ਸਮਝੋ, ਇਹ ਤਾਂ ਤੁਹਾਡੀ ਖਰੈਤ ਹੈ, ਸ਼ਾਹ ਸਾਹਿਬ ਤੁਹਾਡੀ ਬਖਸ਼ਿਸ਼ ਹੈ, ਜਿਸ ਵੇਲੇ ਆਹੋ ਬੂਹੇ ਖੁੱਲੇ ਮਿਲਣਗੇ, ਮੈਂ ਹਰ ਵੇਲੇ ਹਾਜ਼ਰ ਹਾਂ। ਅੱਧੀ ਰਾਤੀ ਆਖੋਗੇ ਬਾਈ ਸੋਹਣੀ ਗਾ, ਮੈਂ ਸੋਹਣੀ ਗਾਵਾਂ, ਅੱਧੀ ਰਾਤ ਆਖੋਗੇ ਵਿਹਾਗ ਗਾ, ਮੈਂ ਵਿਹਾਗ ਗਾਵਾਂ, ਜਿਸ ਤਰ੍ਹਾਂ ਨਚਾਓਗੇ ਨਚਾਂਗੀ, ਜੋ ਕੁਝ ਚਾਹੋਗੇ ਸੁਣਾਵਾਂਗੀ, ਪਰ ਤੁਸੀਂ ਸਿੱਖ ਕੇ ਕਿਆ ਕਰੋਗੇ? ਬੋਲੇ ਸ਼ਾਹ ਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੇ ਬਾਈ ਮੈਂ ਆਪਣੇ ਵਾਸਤੇ ਨਹੀਂ ਸਿੱਖ ਰਿਹਾ। ਤਾਂ ਸੋਚਿਆ ਵੀ ਸ਼ਾਇਦ ਇਸ ਦਾ ਕਿਸੇ ਨਾਲ ਪਿਆਰ ਹੋ ਗਿਆ ਤੇ ਉਹਨੂੰ ਰਚਾਉਣ ਵਾਸਤੇ। ਤੋ ਬਾਈ ਨੇ ਆਖਿਆ ਸ਼ਾਹ ਜੀ ਉਹ ਕੌਣ ਖੁਸ਼ ਨਸੀਬ ਹੈ ਜਿਸ ਦੀ ਸੁੰਦਰਤਾ ਤੇ ਤੁਸੀਂ ਰੀਝੇ ਹੋ? ਆਖਣ ਲੱਗੇ ਬਾਈ ਉਹ ਨਿਰਾ ਤਨ ਦਾ ਸੁੰਦਰ ਨਹੀਂ, ਉਹ ਮਨ ਦਾ ਸੁੰਦਰ ਹੈ। ਕੌਣ ਹੈ? ਮੈਂ ਵੀ ਤਾਂ ਜਾਣਾ, ਉਹ ਭਾਈ ਸਮਝੇ ਕੋਈ ਲੜਕੀ ਹੋਵੇਗੀ। ਤੇ ਜਿਸ ਵੇਲੇ ਬੁੱਲੇ ਸ਼ਾਹ ਨੇ ਆਖਿਆ ਇਨਾਇਤ, ਮੁਰਸ਼ਦ ਮੇਰਾ ਸ਼ਾਹ ਇਨਾਇਤ, ਬਾਈ ਇੱਕ ਵਾਰੀ ਦਰਸ਼ਨ ਕਰੇ ਪਤਾ ਲੱਗੇ। ਤਾਈਏ ਸਾਹਿਬ ਆਖਦੇ ਨੇ ਇਹ ਮਨ ਸੁੰਦਰ ਆਪਣਾ ਹਰ ਨਾਮ ਮੰਜੀਠੇ ਰੰਗਰੀ, ਇਹ ਮਨ ਸੀ ਤਾਂ ਬੜਾ ਸੁੰਦਰ ਪਰ ਤੈਂ ਇਸ ਨੂੰ ਨਾਪਾਕ ਕਰ ਦਿੱਤਾ, ਤੂੰ ਇਸ ਨੂੰ ਪਾਪਾਂ ਵਿੱਚ ਡੋਬੇ ਦੇ ਕੇ ਐਸਾ ਬੇਰੰਗ ਕੀਤਾ ਹੈ ਹੁਣ ਕੋਈ ਰੰਗ ਚੜਦਾ ਹੀ ਨਹੀਂ। ਜਿਵੇਂ ਕਬੀਰ ਜੀ ਆਖਦੇ ਨੇ ਸਾਖਤ ਕਾਰੀ ਕਾਮਰੀ, ਜਿਹੜਾ ਸਾਖਤ ਹੈ ਇਹ ਕਾਲੀ ਕਮਲੀ ਹੈ, ਇਸ ਤੇ ਰੰਗ ਨਹੀਂ ਚੜਦਾ, ਔਰ ਕਿਤਨਾ ਪਏ ਧੋਵੋ ਇਹ ਚਿੱਟੀ ਨਹੀਂ ਹੁੰਦੀ। ਸਾਖਤ ਕਾਰੀ ਕਾਮਰੀ ਧੋਏ ਹੋਏ ਨਾ ਸਵੇਤ, ਸਵੇਤ ਚਿੱਟੀ, ਦੋਤੀਆਂ ਚਿੱਟੀ ਨਹੀਂ ਹੁੰਦੀ। ਇਸ ਤੇ ਰੰਗ ਚਾੜਨਾ ਸੀ ਪਰਮੇਸ਼ਰ ਦੇ ਨਾਮ ਦਾ, ਆ ਚੜ ਗਿਆ ਨਾ ਪ੍ਰਹਲਾਦ ਤੇ, ਬੱਚਾ ਹੈ ਬਾਲਕ ਹੈ ਜੋ ਜਪਣ ਦਾ ਰੰਗ ਚੜਿਆ। ਹੁਣ ਆਖਦਾ ਪਾਉਂਦੇ ਆ ਮੇਰੀ ਪੱਟੀ ਤੇ ਕੁਝ ਹੋਰ ਨਾ ਲਿਖੀ, ਕਿਆ ਲਿਖਾਂ ਫਿਰ ਤੂੰ ਦੱਸ ਦੇ। ਤਾਂ ਪ੍ਰਹਲਾਦ ਨੇ ਗੁਟਕ ਕੇ ਆਖਿਆ ਮੇਰੀ ਪੱਟੀਆਂ ਲਿਖ ਦੇ, ਸ੍ਰੀ ਗੋਪਾਲ ਮੇਰੀ ਪੱਟੀਆਂ ਲਿਖ ਦੇ, ਆਹ
ਮੇਰੀ ਪੱਟੀਆਂ ਲਿਖੂ ਦੇ ਤੇਰੀ ਗੋਪਾ ਨੂੰ ਮੇਰੀ ਪੱਟੀਆਂ ਲਿਖੂ ਦੇ ਉਹ ਸ੍ਰੀ ਗੋਪਾਲ ਮੇਰੀ ਪੱਟੀਆਂ ਲਿਖੂ ਦੇ ਸੰਗ ਸਖਾ ਬੋਲੀਏ ਬਾਲ ਮੋਕੋ ਕਹਾ ਪੜਾ ਸੁਆਲ ਜਾ ਜੀ ਮੋਕੋ ਕਹਾ ਪੜਾਵ ਸੁਆਲ ਜਾ ਮੇਰੀ ਪੱਟੀਆਂ ਲਿਖੋ ਦੇ ਸ਼੍ਰੀ ਗੋਪਾਲ ਮੇਰੀ ਪੱਟੀਆਂ ਲਿਖੋ ਦੇ ਸ਼ਾਹ ਕਹਿੰਦਾ ਬਾਈ ਕੁਛ ਮੇਰੀ ਤਖਤੀ ਤੇ ਵੀ ਲਿਖ ਦੇ ਇਸ ਬੁੱਢੇ ਤੋਤੇ ਨੂੰ ਵੀ ਕੋਈ ਅੱਖਰ ਪੜਾ ਦੇ ਖਾਤਰ ਮੁਰਸ਼ਦ ਦੀ ਮੈਂ ਯਾਰ ਰਿਝਾਉਣਾ ਵਾਹ ਮੁਰਸ਼ਦ ਵਾਲਿਆ ਮੁਰਸ਼ਦ ਵਾਲਿਆ ਨਾ ਮੁਰਾਦਾਂ ਦੇ ਕੰਨ ਖੋਲ ਦਿੱਤੇ ਕਿਹੜੀ ਗੱਲ ਹੈ ਫਲਾਣਾ ਔਤਰਾ ਔਤਰਾ ਉਹ ਨਹੀਂ ਜਿਹਨੂੰ ਪੁੱਤਰ ਨਹੀਂ ਔਤਰਾ ਉਹ ਹੈ ਜਿਹਦਾ ਸਿਦਕ ਨੇ ਰੋ ਪਿਆ ਬੁੱਲਾ ਸ਼ਾਹ ਬਾਈ ਕੁਛ ਪੜਾ ਮੈਨੂੰ
ਸ਼ਾਹ ਜੀ ਆਇਆ ਕਰੋ, ਮੈਂ ਤਾਵੇਦਾਰ ਹਾਂ, ਗੋਲੀ ਹਾਂ, ਰੋਜ਼ ਜਾਵਣ, ਗਾਣਾ ਸਿੱਖਣ, ਨੱਚਣਾ ਸਿੱਖਣ, ਕਿਸ ਖਾਤਰ ਸ਼ਾਹ ਇਨਾਇਤ ਨੂੰ ਰਿਝਾਉਣਾ, ਕਿਉਂਕਿ ਉਹ ਵੀ ਕਦੇ ਕਦੇ ਮੁਜਰਾ ਦੇਖਦੇ ਹਨ, ਮਨ ਵਿੱਚ ਇਹ ਖਿਆਲ ਨਹੀਂ ਆਇਆ ਕਾਹਦਾ ਮੁਰਸ਼ਦ ਹੈ ਮੁਜਰਾ ਦੇਖਦਾ। ਪਰ ਗੁਸਾਈ ਤੁਲਸੀਦਾਸ ਨੇ ਆਖਿਆ ਸਮਰੱਥ ਕੋ ਨਹੀਂ ਦੋਸ਼ ਗੁਸਾਈ, ਸਮਰੱਥ ਨੂੰ ਦੋਸ਼ ਨਹੀਂ। ਮਹਾਤਮਾ ਜਾ ਰਹੇ ਸਨ, ਅੱਗੇ ਵੇਸਵਾ ਆ ਰਹੀ ਹੈ, ਨਿਗਾਹ ਉਸ ਵੇਲੇ ਹੋਰ ਸੀ ਜਾਂ ਦੇਖਿਆ, ਜੱਟ ਗਲਵਕੜੀ ਪਾ ਲਈ, ਆਹ ਕਿਆ ਬ੍ਰਹਮ ਫੂਲਿਆ। ਮਗਰ ਆ ਰਿਹਾ ਸੀ ਚੇਲਾ, ਉਹਨੇ ਆਖਿਆ ਮੌਜ ਲੱਗ, ਜੇ ਗੁਰੂ ਆਪ ਹੀ ਉਜਿਆ ਤਾਂ ਸਾਨੂੰ ਕਿਸ ਤਰ੍ਹਾਂ ਰੋਕ ਸਕਦਾ। ਉਹਨੇ ਵੀ ਜੱਟ ਜੱਫੀ ਪਾ ਲਈ, ਆਖੇ ਆਹ ਕਿਆ ਬ੍ਰਹਮ ਫੂਲਿਆ। ਮਹਾਤਮਾ ਨੇ ਸੋਚਿਆ ਉਹ ਕਿੱਥੇ ਮੈਂ ਕਿੱਥੇ ਇਹ, ਰੀਸਾਂ ਕਰੇ ਤਿਨਾੜੀਆਂ ਜੋ ਸੇਵਨ ਦਰ ਖੜੀਆਂ, ਰੀਸਾਂ ਉਹਨਾਂ ਦੀਆਂ ਨਾਲ ਖਸਮੇ ਰਤੀਆਂ ਮਾਨਣ ਸੇਜੜੀਆਂ। ਅੱਗਾਂ ਗਏ ਲੁਹਾਰ ਲੋਹੇ ਨੂੰ ਬੱਠੀ ਚੋਂ ਤਾ ਕੇ ਪਿਆ ਕੱਢਦਾ ਸੀ, ਲਾਲ ਕਰਕੇ ਚੋਟ ਮਾਰ ਕੇ ਇਸ ਲੋਹੇ ਨੂੰ ਕੁਛ ਬਣਾਉਣਾ ਸੀ, ਮੋੜਨਾ ਸੀ, ਕਹਿਣ ਲੱਗੇ ਠਹਿਰ। ਲੁਹਾਰ ਜਾਣਦਾ ਸੀ ਮਹਾਤਮਾ ਨੇ ਲੋਹਾ ਚਾਂ ਰੱਖਿਆ ਤੇ ਆਣ ਨਮਸਕਾਰ ਕੀਤੀ, ਉਸ ਹੁਕਮ ਮਹਾਰਾਜ, ਅੱਖੇ ਠਹਿਰ ਦੱਸਦੇ ਹਾਂ। ਅੱਗੇ ਗਏ ਲੋਹਾ ਲਾਲ ਭੱਠੀ ਚੋਂ ਨਿਕਲਿਆ, ਲੁਹਾਰ ਨੇ ਰੱਖਿਆ ਸੀ, ਝੱਟ ਚੁੱਕ ਕੇ ਛਾਤੀ ਨਾਲ ਲਾ ਲਿਆ, ਆਹ ਕਿਆ ਬ੍ਰਹਮ ਫੂਲਿਆ, ਛਾਤੀ ਦਾ ਮਾਸ ਸੜ ਗਿਆ ਤੇ ਸਦਿਆ ਚੇਲੇ ਨੂੰ, ਆ ਭਾਈ ਬ੍ਰਹਮ ਫੂਲਿਆ, ਆ ਲਾ ਲੈ ਗੱਲ ਨਾਲ, ਤੂੰ ਵੀ ਲਾ ਲੈ, ਆਪਣਾ ਰੁਤਬਾ ਨਹੀਂ ਪਛਾਣਨਾ, ਕਿਸ ਜੋਗਾ ਹਾਂ, ਕਿਸ ਲਾਇਕ ਹਾਂ, ਲਾਇਕ ਬਣਨ ਦੀ ਇੱਛਾ ਹੀ ਨਹੀਂ ਆਈ ਅੰਦਰ, ਜੇ ਇੱਛਾ ਵੀ ਹੁੰਦੀ ਤਾਂ ਵੀ ਕੁਛ ਬਣ ਹੀ ਜਾਂਦਾ। ਸਾਧ ਸੰਗਤ ਬੋਲੋ ਸ੍ਰੀ, ਆ ਬਣਨ ਵਾਲੇ ਇੰਜ ਬਣਦੇ ਹਨ, ਮੁਰਸ਼ਦ ਨੂੰ ਰਿਜਾਉਣਾ ਬਾਈ ਕੋਈ ਅੱਖਰ ਸਿਖਾ, ਜਿਵੇਂ ਫਰੀਦ ਪਿਆ ਪੁੱਛਦਾ ਕਵਨ ਸੋ ਅੱਖਰ। ਇਹ ਯਾਰ ਵਾਲਿਆਂ ਦੀਆਂ ਗੱਲਾਂ, ਪ੍ਰੀਤ ਵਾਲਿਆਂ ਦਾ ਜ਼ਿਕਰ ਹੈ, ਕਵਨ ਸੋ ਅੱਖਰ ਕਵਨ ਗੁਣ ਕਵਨ ਸੋ ਮਣੀਆਂ ਮੰਤ। ਕੋਈ ਦੱਸੋ ਮੈਨੂੰ, ਮੈਂ ਅੱਖਰ ਕਿਹੜਾ ਪੜਾਂ, ਗੁਣ ਕਿਹੜਾ ਧਾਰਨ ਕਰਾਂ, ਮੰਤਰ ਕਿਹੜਾ ਜਪਾਂ, ਕਵਨ ਸੋ ਵੇਸੀ ਹਾਂ ਕਰੀ, ਕੈਸਾ ਵੇਸ ਵਟਾਵਾਂ, ਕਿਹੋ ਜਿਹੀ ਪੋਸ਼ਾਕ ਪਾਵਾਂ, ਜਿਤ ਵਸ ਆਵੇ ਕੰਤ। ਤੇ ਪੁੱਛਣ ਵਾਲੇ ਤੇ ਫਿਰ ਤਰਸ ਆ ਹੀ ਗਿਆ, ਤਰਸ ਆ ਗਿਆ, ਅੱਗੋਂ ਜਵਾਬ ਦਿੱਤਾ ਆ ਫਰੀਦ ਮੈਂ ਦੱਸਾਂ। ਲੈ ਕੇ ਬੁੱਕਲ ਵਿੱਚ ਫਰੀਦ ਨੂੰ ਧੰਨ ਗੁਰੂ ਨਾਨਕ ਨੇ ਆਖਿਆ ਨਿਮਨ ਸੋ ਅੱਖਰ, ਨਿਮਨ ਸੋ ਅੱਖਰ ਖਿਵਨ ਗੁਣ, ਅੱਖਰ ਪੜ ਨਿਮਰਤਾ ਦਾ, ਗੁਣ ਧਾਰਨ ਕਰ ਖਿਮਾ ਦਾ, ਜਾ ਮਾਫ ਕੀਤਾ। ਜੇ ਤੂੰ ਮਾਫੀ ਦੇ ਨਹੀਂ ਸਕਦਾ ਤੇ ਮਾਫੀ ਮੰਗੇਗਾ ਕਿਸ ਮੂੰਹ ਨਾਲ। ਤੋ
ਨਿਮਣ ਸੋ ਅੱਖਰ ਖਿਵਣ ਗੁਣ ਜੇਬਾ ਮਣੀਆਂ ਮੰਤ ਰਸਨਾ ਨਾਲ ਮੰਤਰ ਜਪ ਜੋ ਗੁਰੂ ਨੇ ਬਖਸ਼ਿਆ। ਉਸ ਮੰਤਰ ਦਾ ਆਰਾਧਨਾ ਕਰ, ਉਸ ਮੰਤਰ ਦੀ ਆਰਾਧਨਾ ਕਰ, ਉਸ ਮੰਤਰ ਨੂੰ ਰਸਨਾ ਤੇ ਰੱਖ ਕੇ ਰਸਾ। ਜਿਵੇਂ ਜਿਵੇਂ ਮੰਤਰ ਰਸੇਗਾ ਨਾ, ਰਸਨਾ ਕਸੇਗੀ ਤੇ ਫਿਰ ਰਸੇਗੀ। ਬਿਨਾਂ ਕਸਿਆਂ ਇਹ ਰਸਦੀ ਨਹੀਂ, ਇਹਨੂੰ ਆਦਤ ਹੀ ਨਹੀਂ। ਜੇ ਬਾ ਮਣੀਆਂ ਮੰਤ ਆਖਿਆ ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ, ਆ ਵੇਸ ਕਰ ਤੇ ਕੰਤ ਤੇਰੀ। ਰੱਬ ਤਿਨਾਂ ਦੀ ਬੁੱਕਣੀ, ਫਿਰ ਫਰੀਦ ਨੇ ਆਪ ਆਖਿਆ। ਜਾਂ ਤੇ ਕਹਿੰਦਾ ਦੇਖ ਬੰਦੇ ਦੇ ਭਾਗ, ਅਜੇ ਸੋ ਰੱਬ ਨਾ ਬੋੜਿਆ, ਮੈਨੂੰ ਰੱਬ ਨਹੀਂ ਜੇ ਬੋੜਿਆ, ਮੇਰੇ ਭਾਗਾਂ ਤੇ ਰੋਵੋ ਕੋਈ ਆ ਕੇ। ਤੇ ਫਿਰ ਆਪ ਪਿਆ ਕਹਿੰਦਾ ਰੱਬ ਤਿਨਾਂ ਦੀ ਬੁੱਕਲੀ, ਕਿ ਰੱਬ ਉਹਨਾਂ ਦੀ ਬੁੱਕਲ ਵਿੱਚ ਵਸਦਾ, ਕਿਹਨਾਂ ਦੀ? ਮੁਰਸ਼ਦ ਵਾਲਿਆਂ ਦੀ। ਤਾਂ ਮੁਰਸ਼ਦ ਵਾਲਾ ਬਣਨ ਵਾਸਤੇ ਮੁੱਲਾ ਸ਼ਾਹ ਪਿਆ ਤਰਲੇ ਲੈਂਦਾ, ਬਾਈ ਕੋਈ ਅੱਖਰ ਪੜ੍ਹਾ। ਇੱਧਰ ਮੁੱਲਾ ਸ਼ਾਹ ਪਿਆ ਤਰਲੇ ਲੈਂਦਾ, ਉੱਧਰ ਪ੍ਰਹਲਾਦ ਪਿਆ ਕਰੇ ਪਾਂਦਿਆ ਮੇਰੀ ਪੱਟੀ ਤੇ ਲਿਖ ਪਰਮੇਸ਼ਰ ਦਾ ਨਾਮ, ਕੁਝ ਹੋਰ ਨਾ ਲਿਖੀ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਪੜ੍ਹਨ ਗਏ, ਮਹਿਤਾ ਜੀ ਨਾਲ ਲੈ ਕੇ ਗਏ, ਮੌਲਵੀ ਸਾਹਿਬ ਲੜਕਾ ਹਾਜ਼ਰ ਹੈ, ਜਨਮ ਤੋਂ ਪਹਿਲਾਂ ਦੀਆਂ ਸਾਈਆਂ ਲਾਈਆਂ ਹੋਈਆਂ ਸਨ। ਮਹਿਤਾ ਜੀ ਪੜ੍ਹਾਉਣਾ ਅਸਾਂ ਜੇ, ਤੁਹਾਡਾ ਹੀ ਬੱਚਾ ਹੈ, ਤੁਸੀਂ ਪੜ੍ਹਾਓਗੇ, ਇਹ ਖਿਦਮਤ ਮੈਂ ਕਰਾਂਗਾ। ਬਹੁਤ ਅੱਛਾ ਮੌਲਵੀ ਸਾਹਿਬ, ਦੁਆ ਕਰੋ ਅੱਲਾਹ ਤਾਲਾ ਉਹ ਖੁਸ਼ੀ ਦਾ ਦਿਨ ਜਲਦੀ ਨਸੀਬ ਕਰੇ ਕਿ ਮੈਂ ਲੜਕੇ ਨੂੰ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂ। ਤੇ ਉਹ ਦਿਨ ਆ ਗਿਆ, ਨਾਲ ਲਾ ਕੇ ਨਾਨਕ ਨੂੰ ਉਂਗਲੀ ਦੇ। ਮਹਿਤਾ ਕਾਲੂ ਜਿਸ ਵੇਲੇ ਆਇਆ ਮੌਲਵੀ ਦੇ ਪਾਸ, ਬੜਾ ਪਿਆਰ ਕੀਤਾ ਮੌਲਵੀ ਸਾਹਿਬ ਨੇ, ਗੱਲ ਨਾਲ ਲਾ ਲਿਆ, ਆਓ ਬੇਟਾ ਆਓ ਬੇਟਾ। ਆਪ ਬੈਠਾ ਮੂਹਰੇ ਤੇ, ਇੱਕ ਮੂਹਰੇ ਤੇ ਕਾਲੂ ਜੀ ਬੈਠੇ ਹਨ ਤੇ ਸਾਹਿਬ ਨਾਲ ਖੜੋਤੇ ਹੋਏ, ਬਈ ਤਾਲੇ ਵਿਲਮ ਜੇ ਹੋਏ, ਪੜ੍ਹਨ ਵਾਸਤੇ ਜੋ ਆਏ ਖੜੋਤੇ ਹਨ। ਲਿਆ ਬਈ ਫਿਰ ਪੱਟੀ ਲਿਖ ਦੇਈਏ, ਪੱਟੀ ਤਾਂ ਨਾਲ ਲੈ ਕੇ ਗਏ ਸਨ ਮੌਲਵੀ ਸਾਹਿਬ, ਪਹਿਲਾਂ ਲੱਡੂ ਵਰਤਾ ਲਓ ਤੇ ਆਹ ਥੋੜੀ ਜਿਹੀ ਭੇਟਾ। ਲੱਪ ਮੋਹਰਾਂ ਦੀ ਮੌਲਵੀ ਸਾਹਿਬ ਦੀ ਚੋਲੀ ਵਿੱਚ ਪਾਈ ਤੇ ਆਖਿਆ ਹੁਣ ਕਰੋ ਬਿਸਮਿਲਾ, ਕਰੋ ਸ਼ੁਰੂ। ਤਾਂ ਉਸਨੇ ਲਿਖ ਦਿੱਤਾ ਅਲਿਫ, ਲੈ ਨਾਨਕ ਆ ਲੈ ਤਖਤੀ, ਉੱਥੇ ਬੈਠ ਜਾ, ਜਰਾ ਕੁ ਬੱਚਿਆਂ ਤੋਂ ਲਾਂਬੇ ਬਵੀਂ, ਬੱਚੇ ਸ਼ਰਾਰਤੀ ਹਨ ਤੇ ਤੂੰ ਹੈ ਵੱਡੇ ਘਰ ਦਾ, ਤੇਰਾ ਬਈ ਸਾਨੂੰ ਸਨਮਾਨ ਵੀ ਹੈ, ਤੇਰੇ ਨਾਲ ਹਿੱਤ ਪਿਆਰ ਵੀ ਹੈ, ਨਾਲੇ ਤੁਹਾਡੇ ਘਰ ਦਾ ਅਸੀਂ ਬਹੁਤ ਲੈ ਖਾਂਦੇ ਹਾਂ, ਕਾਲੂ ਜੀ ਦਾ ਲਿਹਾਜ਼ ਵੀ ਹੈ, ਪਟਵਾਰੀ ਹੋਏ ਸਾਡੇ ਬਈ ਪਿੰਡ ਦੇ, ਅੱਧੇ ਰਾਜੇ ਹੋਏ, ਉੱਥੇ ਨਵੇਂ ਕਲਾ ਬਹਿ ਜਾ, ਮੈਂ ਤੇਰੇ ਵਾਸਤੇ ਵੱਖਰੀ ਥਾਂ ਬਣਾਈ ਹੈ ਤੇ ਇਸ ਅੱਖਰ ਨੂੰ ਯਾਦ ਕਰ ਲਾ। ਤੇ ਫਿਰ ਇੰਜ ਨਹੀਂ ਵੀ ਬਾਕੀ ਕੱਲ ਨਹੀਂ, ਹੁਣ ਯਾਦ ਕਰ ਲਵੇ, ਹੁਣੇ ਹੋਰ ਲਿਖਦੇ ਹਾਂ। ਤੇ ਆਖਿਆ ਕਾਲੂ ਜੀ ਹੁਣ ਤੁਸੀਂ ਬੇਸ਼ੱਕ ਜਾਓ, ਬੱਚਾ ਸਾਡੇ ਹਵਾਲੇ ਹੈ, ਜੋ ਖਿਦਮਤ ਸਾਥੋਂ ਹੋ ਸਕੀ ਕਰਾਂਗੇ, ਔਰ ਜਿਤਨੀ ਛੇਤੀ ਪੜ੍ਹਾ ਸਕੇ ਪੜ੍ਹਾਵਾਂਗੇ।
ਬਾਕੀ ਹੁਣ ਇਸ ਦੀ ਮਿਹਨਤ ਹੈ। ਜਾ ਬੇਟਾ ਬੈਠ ਜਾ। ਪਰ ਅਜੇ ਵੀ ਸਾਹਿਬ ਖੜੋਤੇ ਸਨ, ਕਿਉਂ ਕੁਝ ਕਹਿਣੇ ਹੀ, ਉਦਾਸ ਹੈ। ਅੱਜ ਪਹਿਲਾ ਦਿਨ ਹੈ, ਪੜ੍ਹਨ ਨੂੰ ਜੀ ਨਹੀਂ ਕਰਦਾ। ਕਿਉਂ ਨਹੀਂ ਪੜ੍ਹਨ ਨੂੰ ਜੀ ਕਰਦਾ? ਪੜ੍ਹਨ ਵਾਸਤੇ ਹੀ ਤਾਂ ਸੰਸਾਰ ਵਿੱਚ ਆਏ। ਪਰ ਸੰਸਾਰ ਦੀ ਕਾਰ ਨਹੀਂ, ਇੱਕ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ। ਉਸ ਕਾਰ ਨੂੰ ਆਖਿਆ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕੀ ਪੜ੍ਹਨਾ ਸੀ? ਹਰ ਕਾ ਨਾਮ ਨਾ ਜਪ ਸੁਗਵਾਰਾ, ਕਿਆ ਸੋਚੈ ਬਾਰੰਬਾਰਾ। ਬਾਰ ਬਾਰ ਉਸੇ ਉਸੇ ਗੱਲ ਨੂੰ ਮੁੜ ਮੁੜ ਸੋਚੀ ਜਾਂਦਾ, ਸੋਚੀ ਜਾਂਦਾ, ਸੋਚੀ ਜਾਂਦਾ। ਬਾਬਾ ਜੀ ਆਖਦੇ ਸਨ, ਓਏ ਚੱਕ ਛੋਡੀ ਸੈਸਾ ਨੀ ਕੋਏ, ਜਿਹੜੀ ਸ਼ਹਿ ਚੱਕ ਕੇ ਸੁੱਟ ਦਿੱਤੀ, ਹੁਣ ਮੁੜ ਮੁੜ ਖਾਣ ਨੂੰ ਜੀ ਕਰੇ? ਕਿਹੜਾ ਸੁੱਖ ਸਵਾਦ ਤੈਂ ਨਹੀਂ ਚੱਖਿਆ, ਨਹੀਂ ਵੇਖਿਆ? ਇੱਕ ਨਿਤਨੇਮ ਵੇਲੇ ਤਾਂ ਸਭ ਕੁਝ ਭੁੱਲ ਜਾ। ਸਾਰ ਸੰਗਤ ਆਖੋ ਸ੍ਰੀ ਵਾਹ। ਚੱਖ ਛੋਡੀ ਸਹਿਸਾ ਨਹੀਂ ਕੋਏ, ਜਿਹੜੀ ਸ਼ਹਿ ਚੱਖ ਲਈ ਇੱਕ ਵਾਰੀ, ਉਹਦੇ ਵਾਸਤੇ ਮੁੜ ਮੁੜ ਕੀ ਸੰਸੇ ਵਿੱਚ ਪੈਣਾ? ਇੱਕ ਵਾਰੀ ਫਿਰ ਦੇਖਾਂ, ਇੱਕ ਵਾਰੀ ਫਿਰ ਦੇਖਾਂ। ਪੂਰਨਮਾਸ਼ੀ ਦਾ ਦਿਨ ਆਉਂਦਾ ਹੈ, ਇੱਕ ਇੱਕ ਦਿਨ ਜਿਵੇਂ ਜਿਵੇਂ ਜਾਂਦਾ ਹੈ, ਪ੍ਰਤੀਤ ਹੁੰਦਾ ਜਿਵੇਂ ਬਾਬਾ ਜੀ ਇੱਕ ਇੱਕ ਕਦਮ ਹੋਰ ਉਰੇ ਉਰੇ ਹੋਈ ਜਾਂਦੇ। ਕਮਾਈ ਵਾਲੇ ਜੋ ਕਮਾਈ ਵਾਲੇ ਜਾਂਦੇ ਨਹੀਂ ਸੰਸਾਰ ਚੋਂ, ਸਾਡੀਆਂ ਹੀ ਅੱਖਾਂ ਅੰਨੀਆਂ ਹੋ ਜਾਂਦੀਆਂ ਹਨ ਕਿ ਸਾਨੂੰ ਦਿਸਦੇ ਨਹੀਂ। ਅਸੀਂ ਉਹਨਾਂ ਦੇ ਚਲਾਣੇ ਦੇ ਦਿਨ ਮਿਥ ਲੈਂਦੇ ਹਾਂ, ਜਨਮ ਦੇ ਦਿਨ ਨੀਯਤ ਕਰ ਲੈਂਦੇ ਹਾਂ, ਨਹੀਂ ਤਾਂ ਜਨਮ ਮਰਨ ਦਉ ਮੈਂ ਨਾ ਜਨ ਪਰ ਉਪਕਾਰੀ ਆਏ। ਆ ਥੋੜ੍ਹੇ ਦਿਨ ਹੋਏ ਅਖਬਾਰ ਵਿੱਚ ਪੜ੍ਹਿਆ ਸੀ ਕਿ ਲਖਨਊ ਵਿੱਚ ਇੱਕ ਮਹਾਤਮਾ ਹੋਏ ਹਨ ਸ਼ਾਹ ਮਦਾਰ। ਉਹ ਅਖੇ ਅੱਗ ਦੀ ਪੱਕੀ ਚੀਜ਼ ਨਹੀਂ ਸਨ ਖਾਂਦੇ, ਅੱਗ ਨੂੰ ਮੱਥੇ ਨਹੀਂ ਸਨ ਲਾਉਂਦੇ। ਔਰ ਜਿਸ ਵੇਲੇ ਮੁਰੀਦਾਂ ਨੇ ਸਮਝਿਆ ਵੀ ਇਹ ਹੁਣ ਚੱਲ ਬਸੇ ਹਨ, ਬਈ ਇਹਨਾਂ ਨੂੰ ਦਫਨਾਈਏ, ਤੇ ਉਹਨਾਂ ਦੀ ਲਾਸ਼ ਚੋਂ ਆਵਾਜ਼ ਆਈ, ਸਾਨੂੰ ਬਈ ਨਾ ਦਫਨਾਓ, ਅਸੀਂ ਅਜੇ ਰਹਿਣਾ। ਤੋ ਮੈਨੂੰ ਇਹ ਪੜ੍ਹ ਕੇ ਖਿਆਲ ਆਇਆ ਕਿ ਬੁੱਚੋ ਵਾਲੇ ਬਾਬਾ ਜੀ ਅੱਗ ਤੇ ਪੱਕੀ ਕੋਈ ਚੀਜ਼ ਨਹੀਂ ਸਨ ਖਾਂਦੇ ਤੇ ਅੱਗ ਦੇ ਮੱਥੇ ਨਹੀਂ ਸੁਣ ਲੈਂਦੇ। ਤੇ ਉਹ ਵੀ ਆਖਦੇ ਸਨ ਸੰਸਾਰ ਵਿੱਚ ਛੇਵੀਂ ਵਾਰ ਆਏ ਹਾਂ ਤੇ ਨਾਲ ਨੰਦ ਸਿਉਂ ਆਇਆ। ਤੇ ਬਾਬਾ ਜੀ ਆਖਦੇ ਸਨ ਲਖਨਊ ਦੇ ਇੱਕ ਵਾਰੀ ਰਾਜੇ ਵੀ ਰਹੇ ਹਾਂ, ਲਖਨਊ ਦੇ ਨਵਾਬ ਰਹੇ ਹਾਂ, ਇੱਕ ਵਾਰੀ ਚੜ੍ਹਾਈ ਕੀਤੀ ਦੂਜੇ ਮੁਲਕ ਦੇ ਉੱਤੇ, ਦੂਜੀ ਰਿਆਸਤ ਤੇ, ਕਿ ਅੱਗੋਂ ਬੁੱਚੇ ਵਾਲੇ ਸਨ, ਬੁੱਚੋ ਵਾਲੇ ਬਾਬਾ ਜੀ ਸਨ, ਕਿਉਂਕਿ ਜਨਮਾਂ ਦੀਆਂ ਲੱਗੀਆਂ ਹੁੰਦੀਆਂ ਹਨ। ਇਹ ਨਹੀਂ ਵੀ ਪਿਛਲੇ ਜਨਮ ਦੀ ਲੱਗੀ ਹੁਣ ਬਸ ਹੋ ਗਈ ਤੇ ਅੱਗੋਂ ਮੁੜ ਨਵੀਂ ਸਵੀ, ਨਹੀਂ। ਇਹ ਤਾਂ ਲੱਗਦੀਆਂ ਹਨ ਤਾਂ ਉਹੀ ਪੁਰਾਣੀਆਂ ਹੋ ਕੇ ਲੱਗਦੀਆਂ ਹਨ, ਜੇ ਨਹੀਂ ਲੱਗਦੀਆਂ ਤਾਂ ਫਿਰ ਜਨਮਾਂ ਤੱਕ ਬੰਦਾ ਫਿਰ ਧੱਕੇ ਹੀ ਖਾਂਦਾ ਰਹਿੰਦਾ।
ਠੋਕਰਾਂ ਹੀ ਖਾਂਦਾ ਫਿਰਦਾ। ਉਹਨਾਂ ਪਛਾਣਿਆ ਵੀ ਇਹ ਤਾਂ ਸਾਡਾ ਹੈ। ਜੱਟ ਸਾਹਮਣੇ ਆ ਗਏ ਤੇ ਕਹਿਣ ਲੱਗੇ, ਹੈ ਤਪੋ ਰਾਜ ਤੇ ਰਾਜੋ ਨਰਕ, ਤੇਰੇ ਤਪ ਦੀ ਆਹ ਫਰਿਸ਼ਤ ਹੈ ਮੇਰੇ ਕੋਲ ਕਿ ਇਤਨੇ ਜਨਮ ਤੂੰ ਪਿੱਛੇ ਤਪ ਕੀਤਾ ਹੋਇਆ ਤੇ ਹੁਣ ਚੱਲਿਆ ਉਸ ਤਪ ਕੀਤੇ ਨੂੰ ਸਵਾਹ ਕਰਨ ਵਾਸਤੇ। ਕਈ ਬੇਵਾ ਹੋ ਜਾਣਗੀਆਂ, ਕਈ ਬੱਚੇ ਯਤੀਮ ਹੋ ਜਾਣਗੇ, ਕਿਸ ਖਾਤਰ? ਖਾਣੀ ਤਾਂ ਰੋਟੀ ਹੋ ਨਾ, ਦੋ ਰੋਟੀਆਂ ਹੀ ਖਾਣੀਆਂ ਨਹੀਂ ਨਾ। ਅਖੇ ਫਿਰ ਰਾਜ ਭਾਗ ਛੱਡ ਕੇ ਉਹਨਾਂ ਦੇ ਨਾਲ ਤੁਰ ਗਏ। ਤਾਂ ਗੁਰਮੁਖ ਹਮੇਸ਼ਾ ਜੀਤੇ ਮਰਤੇ ਕਵੀ ਨਹੀਂ। ਭਾਈ ਸਾਹਿਬ ਨੰਦ ਲਾਲ ਆਖਦੇ ਨੇ, ਤਾਲਬੇ ਮੌਲਾ ਹਮੇਸ਼ਾ ਜ਼ਿੰਦਾ ਅਸਤ, ਮਰ ਜ਼ਬਾਨਿਸ਼ ਨਾਮ ਸੁਬਹ ਨਸਤ ਬਸਤ, ਗੁਰਮੁਖ ਹਮੇਸ਼ਾ ਜੀਤੇ। ਗੁਰਮੁਖ ਹਮੇਸ਼ਾ ਜੀਤੇ, ਮਰਤੇ ਕਭੀ ਨਹੀਂ ਵੋ। ਸੇਵਾ ਕਰੇ ਸੱਚੇ ਦਿਲ ਨਾਲ, ਮਨ ਵਿੱਚ ਨਾ ਲਿਆਵੇ ਸੰਸਾਰ ਤੇ ਮੰਗੇ ਕੁਛ ਨਾ, ਤਾਂ ਸਾਹਿਬ ਆਖਦੇ ਨੇ ਗੁਰ ਸੇਵਾ ਤੇ ਲਹੇ ਪਦਾਰਥ। ਗੁਰ ਸੇਵਾ ਤੇ ਲਹੇ ਪਦਾਰਥ, ਹਿਰਦੇ ਨਾਮ ਸਦਾ ਕਿਰਤਾਰਥ। ਔਰ ਜਿਸ ਨੂੰ ਇਹ ਪਦਾਰਥ ਮਿਲ ਗਿਆ, ਸਾਚੀ ਦਰਗਾਹ ਪੂਛ ਨਾ ਹੋਏ। ਮਾਨੇ ਹੁਕਮ ਸੀਜੇ ਦਰਸ ਹੋਏ, ਸਤਿਗੁਰ ਮਿਲੇ ਤਾਂ ਤਿਸਕੋ ਜਾਣੇ।
ਇਕਨਾਂ ਨੂੰ ਸਤਿਗੁਰ ਮਿਲਿਆ ਨਹੀਂ, ਇਕਨਾਂ ਨੂੰ ਮਿਲਿਆ ਉਹਨਾਂ ਜਾਣਿਆ ਹੀ ਕੋਈ। ਸਤਿਗੁਰ ਮਿਲੇ ਤਾਂ ਤਿਸ ਕੋ ਜਾਣੇ, ਕਿਵੇਂ ਜਾਣੇ? ਸਹਿਬ ਆਖਦੇ ਨੇ ਰਹੇ ਰਜਾਈ ਹੁਕਮ ਪਛਾਣੇ, ਰਜਾ ਵਿੱਚ ਰਹੇ ਤੇ ਹੁਕਮ ਨੂੰ ਪਛਾਣੇ, ਤੇ ਜੇ ਪਛਾਣ ਲਵੇ ਹੁਕਮ ਫਿਰ ਤਾਂ ਕਿ ਇਹ ਹੁਕਮ ਪਛਾਣ ਸੱਚੇ ਦਰਵਾਸ, ਕਾਲ ਵਿਕਾਲ ਸ਼ਬਦ ਭੈ ਨਾਸ, ਕਾਇਆ ਪਲਟ ਜਾਏ। ਉਹ ਅਵਸਥਾ ਆ ਜਾਏਗੀ ਕਿ ਰਹੇ ਅਤੀਤ ਜਾਣੇ ਸਭ ਤਿਸਕਾ, ਜੇ ਕੁਝ ਹੈ ਤਾਂ ਵੀ ਚੰਗਾ, ਜੇ ਨਹੀਂ ਤਾਂ ਵੀ ਚੰਗਾ, ਪਰ ਜੋ ਕੁਝ ਵੀ ਹੈ ਇਹ ਸਭ ਕੁਝ ਤੇਰਾ। ਈ ਤੁਫੈਲੇ ਮੁਰਸ਼ਦੇ ਕਾਮਲ ਬਵਰ, ਰਹੇ ਅਤੀਤ ਜਾਣੇ ਸਭ ਤਿਸਕਾ, ਤਨ ਮਨ ਅਰਪੇ ਹੈ ਇਹ ਜਿਸਕਾ। ਬੁੱਲੇ ਸ਼ਾਹ ਨੇ ਆਖਿਆ ਬਾਈ ਮੈਂ ਇਹ ਸਰੀਰ ਲੇਖੇ ਲੈਣਾ ਚਾਹੁੰਦਾ, ਔਰ ਮੇਰਾ ਮੁਰਸ਼ਦ ਰਿਜਦ ਹੈ ਸੁਣ ਕੇ, ਮੈਂ ਚਾਹੁੰਦਾ ਇੱਕ ਵਾਰੀ ਰੀਝ ਕੇ ਮੇਰੇ ਵੱਲ ਵੀ ਤੱਕੇ, ਇੱਕ ਵਾਰੀ ਅੱਖ ਤਾਂ ਮੇਲੇ। ਜਿੱਦਣ ਬਾਬਾ ਜੀ ਨੇ ਅੱਖ ਮਿਲਾਈ ਅਸੀਂ ਸਮਝ ਗਏ ਅੱਜ ਬਖਸ਼ਿਸ਼ਾਂ ਹੋਈ, ਤੇ ਜਿੱਦਣ ਅੱਖ ਨਾ ਮਿਲੀ ਤਾਂ ਸਮਝ ਲਿਆ ਕੋਈ ਵੱਡਾ ਪਾਪ ਸਾਡੇ ਸਾਹਮਣੇ ਖੜੋਤਾ ਹੈ। ਕਿਸੇ ਚੰਗੇ ਕੰਮ ਨੂੰ ਕਰਦਾ ਹੋਵੇ ਪੁੱਤਰ ਤੇ ਪਿਓ ਦੀ ਨਿਗਾਹ ਪੈ ਜਾਏ ਕਿੱਡਾ ਗਦਗਦ ਹੋ ਕੇ ਦੇਖਦਾ, ਤੇ ਜੇ ਪਹਿਰਾ ਕੰਮ ਕਰਦਾ ਹੋਵੇ ਫਿਰ ਨਿਗਾਹ ਪੈ ਜਾਏ ਤਾਂ ਮੂੰਹ ਫੇਰ ਲੈਂਦਾ। ਬਸ ਇਸੇ ਤਰ੍ਹਾਂ ਜਦ ਕੋਈ ਪੁੰਨਾ ਦਾ ਸੂਰਜ ਉਦੇ ਹੁੰਦਾ ਹੈ ਸਾਧ ਸੰਗਤ ਤਾਂ ਮਹਾਂਪੁਰਖ ਦੀ ਅੱਖ ਮਿਲਦੀ, ਤੇ ਜਿਸ ਵੇਲੇ ਪਾਪਾਂ ਦਾ ਪਹਿਰਾ ਹੁੰਦਾ ਹੈ ਤਾਂ ਮਹਾਂਪੁਰਖ ਅੱਖ ਚੁਰਾ ਜਾਂਦਾ, ਹੋਰ ਕੁਛ ਨਹੀਂ ਕਰਦਾ। ਕੋਈ ਜਵਾਨੂ ਉਸਨੇ ਕੀ ਆਖਣਾ, ਕੋਈ ਗਾਲਾਂ ਕੱਢਣੀਆਂ ਨੇ, ਕੋਈ ਬੁਰਾ ਭਲਾ ਕਹਿਣਾ, ਕੋਈ ਵਰ ਸਰਾਪ ਦੇਣਾ, ਕੋਈ ਨਾ, ਬਸ ਅੱਖ ਮਿਲਣੀ ਤੇ ਨਾ ਮਿਲਣੀ, ਗੱਲ ਹੀ ਸਿੱਧੀ ਹੈ। ਅੱਖ ਮਿਲਾਈ ਤਾਂ ਸਮਝ ਲਓ ਬਈ ਕੁਛ ਮਿਲ ਗਿਆ ਹੈ, ਜੇ ਅੱਖ ਨਹੀਂ ਮਿਲੀ ਤਾਂ ਕੋਈ ਨਹੀਂ ਮਿਲੀ, ਖਾਲੀ ਹੈ। ਸਾਧ ਸੰਗਤ ਬੋਲੋ ਸ੍ਰੀ। ਤਾਂ ਬੁੱਲੇ ਸ਼ਾਹ ਨੇ ਆਖਿਆ ਬਾਈ ਮੇਰਾ ਜੀ ਕਰਦਾ ਇੱਕ ਵਾਰੀ ਬੁਰਸ਼ਦ ਮੇਰੇ ਨਾਲ ਅੱਖ ਮਿਲਾ। ਤਾਂ ਐਡੀ ਲਗਨ ਨਾਲ ਜੋ ਸਿੱਖਣ ਲੱਗਾ, ਜਹਾਂ ਜਹਾਂ ਜਿਸ ਕੀ ਲਗਨ ਹੈ ਤਹਾਂ ਤਹਾਂ ਉਸਕਾ ਆਰਾਮ। ਸਾਰੀ ਸਾਰੀ ਰਾਤ ਜੇ ਸਿੱਖਦਿਆਂ ਗੁਜ਼ਰ ਗਈ ਹੈ ਤਾਂ ਗੁਜ਼ਾਰ ਛੱਡੀ ਹੈ। ਕੋਈ ਲਗਨ ਬਿਨਾਂ ਕਦੀ ਜਾਗਿਆ? ਕੋਈ ਨਹੀਂ ਜਾਗਦਾ। ਲਗਨ ਬਿਨੂ ਰਣ ਮਜਾਗੇ ਕੋਈ, ਲਗਨ ਬਿਨੂ ਰਣ ਮਜਾਗੇ ਕੋਈ, ਜਾ ਕੇ ਕੋਈ ਰਹਿਣ ਨਾ ਜਾ ਕੇ ਕੋਈ,
ਹੋਣ ਸੁਜਾਗੇ ਨੀਂਦ ਮੈਂ ਸੋਵੇ ਪਰ ਸੋ ਜਾਗੇ ਜਿਸ ਬੇਦਨ ਹੋਵੇ ਨਾ ਤਨ ਬਿਨ ਰਹਿਣ ਨਾ ਜਾਗੇ ਕੋਈ ਦੇਖਿਆ ਵੀ ਨਲ ਦੇ ਘਰ ਅੱਜ ਸਵੇਰੇ ਸਵੇਰੇ ਆਵਾਜ਼ ਪਈ ਆਉਂਦੀ ਚਾਤੀ ਜੋ ਪਾਈ ਤਾਂ ਤੱਕਿਆ ਝਾੜੂ ਪਈ ਦਿੰਦੀ ਜੱਟ ਬਾਅਦ ਵੇਖਿਆ ਤਾਂ ਪਰੋਲਾ ਪਈ ਫੇਰਦੀ ਫਿਰ ਜੋ ਦੇਖਿਆ ਤੇ ਕਈ ਤਰ੍ਹਾਂ ਦੇ ਪਕਵਾਨ ਬਣਾ ਰਹੀ ਉਹ ਬੜੀ ਹੈਰਾਨ ਹੋਈ ਇਹ ਤਾਂ ਦੁਪਹਿਰਾਂ ਤੱਕ ਸੁੱਤੀ ਨਹੀਂ ਸੀ ਉੱਠਦੀ ਕਿੰਨੇ ਕਿੰਨੇ ਦਿਨ ਇਸਨੇ ਕਦੇ ਘਰ ਝਾੜੂ ਗੁਆਰੀ ਨਹੀਂ ਸੀ ਕੀਤਾ ਇੱਕ ਡੰਗ ਪਕਾਈ ਤੇ ਦੋ ਦੋ ਚਾਰ ਚਾਰ ਡੰਗ ਖਾ ਲਈ ਏਡਾ ਆਲਸ ਇਹਦੇ ਵਿੱਚ ਤੇ ਅੱਜ ਇਹਨੂੰ ਕੀ ਹੋਇਆ ਉਹ ਰਹਿ ਨਾ ਸਕੀ ਪੁੱਛਣ ਆ ਗਈ ਜਾਂ ਉਹਨੇ ਪੁੱਛਿਆ ਤਾਂ ਉਹਨੇ ਆਖਿਆ ਮੇਰੇ ਪਤੀ ਨੇ ਆਉਣਾ ਪਰਦੇਸ ਗਿਆ ਸੀ ਨਾ ਪ੍ਰਦੇਸ਼ ਗਿਆ ਸੀ ਨਾ ਚਿੱਠੀ ਆਈ ਹੈ ਅੱਜ ਆ ਰਹੇ ਤੋ ਪ੍ਰਭ ਮਿਲਣੇ ਕੀ ਲਾਲਸਾ ਤਾਂ ਤੇ ਆਲਸ ਕਹਾਂ ਕਰੋ ਰਹੀ ਆਲਸ ਕਰਦੀ ਰਹੀ ਪਰ ਅੱਜ ਤਾਂ ਮਿਲਣ ਦਾ ਦਿਨ ਹੈ ਅੱਜ ਵੰਝ ਮੇਰੇ ਆਲਸਾ ਹਰ ਪਾਸ ਬੇਨਤੀ ਹਰੀ ਦੇ ਪਾਸ ਬੇਨਤੀ ਹੈ ਮੇਰਾ ਆਲਸ ਅੱਜ ਲੈ ਲਓ ਅੱਜ ਪੁੰਨਿਆ ਦੀ ਰਾਤ ਹੈ ਅੱਜ ਮੈਨੂੰ ਜਗਰਾਤਾ ਬਖਸ਼ੋ ਕਿਤੇ ਲਗਨ ਵਾਲਿਆਂ ਵਿੱਚ ਸ਼ਾਇਦ ਕਿਸੇ ਦੇ ਪੈਰਾਂ ਦੀ ਖਰੈਤ ਨਾਮ ਆ ਜਾਏ ਇਹ ਤਾਂ ਮਿਲਣ ਦੀ ਲਾਲਸਾ ਜਿਨ੍ਹਾਂ ਨੂੰ ਹੁੰਦੀ ਹੈ ਲਗਨ ਵਾਲੇ ਜਿਹੜੇ ਬੰਦੇ ਹਨ ਇਹ ਮੁਸ਼ਕ ਤਾਂ ਉਹੀ ਕਾਲ ਦੇ ਨਹੀਂ ਤਾਂ ਕੌਣ ਜਾਗਦਾ ਰੋਗੀ ਕੀ ਕਰੇ ਵਿਚਾਰਾ ਹਾਏ ਹਾਏ ਕਰਦੇ ਆ ਸਾਰੀ ਰਾਤ ਗੁਜ਼ਾਰ ਛੱਡਦਾ ਨੀਂਦਰ ਆਉਂਦੀ ਨਹੀਂ ਪਰ ਇਸਦਾ ਜਾਗਿਆ ਕਿਸ ਲੇਖੇ ਜੇ ਰੋਗੀ ਹੋ ਕੇ ਜਾਗੇਗਾ ਤਾਂ ਕਿਸ ਲੇਖੇ ਇਸਦੇ ਜਾਗਣ ਦਾ ਮੁੱਲ ਪਾਏਗਾ ਕੋਈ ਕੋਈ ਨਾ ਪਾਏਗਾ ਪਰ ਭਾਈ ਜੋ ਗੁਰੂ ਦੇ ਪਿਆਰ ਵਿੱਚ ਜਾਗੇਗਾ ਕੀਰਤਨ ਵਿੱਚ ਜਾਗੇਗਾ ਹਰ ਕੀਰਤਨ ਮੈਂ ਜਾਗਣਾ ਤਾਂ ਜਾਗਣਾ ਜਾਗਣ ਨੀਕਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਤੋ ਸਾਰੀ ਸਾਰੀ ਰਾਤ ਬੁੱਲੇ ਸ਼ਾਹ ਨੇ ਉਸ ਕੰਜਰੀ ਤੋਂ ਗਾਣਾ ਸਿੱਖਿਆ ਤੇ ਫਿਰ ਰਿਝਾਇਆ ਫਿਰ ਮੁਰਸ਼ਦ ਵਾਲਾ ਬਣਿਆ ਆਪਣੇ ਮੂੰਹ ਪਿਆ ਗਵਾਹੀ ਦਿੰਦਾ ਮੁਰਸ਼ਦ ਮੇਰਾ ਸ਼ਾਹ ਇਨਾਇਤ ਇਨਾਇਤ ਸ਼ਾਹ ਮੇਰਾ ਮੁਰਸ਼ਦ ਹੈ ਤੇ ਹੁਣ ਹੁਣ ਦੁਨੀਆਂ ਮੈਥੋਂ ਪੁੱਛਦੀ ਹੈ ਬੋਲਿਆ ਰੱਬ ਦਾ ਕੀ ਪਾਵਣਾ ਮੈਂ ਆਖਣਾ ਇਧਰੋਂ ਪੁੱਟਦਾ ਤੇ ਉਧਰ ਲਾਉਣਾ ਤਾਂ ਆਸ਼ਕ ਜੋ ਹੋਏ ਇਹਨਾਂ ਆਸ਼ਕਾਂ ਵਿੱਚੋਂ ਨੰਨੇ ਆਸ਼ਕਾਂ ਵਿੱਚੋਂ ਇੱਕ ਪ੍ਰਹਲਾਦ ਵੀ ਆਸ਼ਕ ਹੋਇਆ ਗੁਰ ਸਿੱਖ ਆਸ਼ਕ ਸ਼ਬਦ ਦੇ ਸ਼ਬਦ ਦੇ ਆਸ਼ਕ ਜਿਨ੍ਹਾਂ ਨੇ ਜਪਿਆ ਤੇ ਜਪਣ ਵੀ ਨਾ ਫਿਰ ਨਾ ਕੁਝ ਹੋਰ ਸੋਚਿਆ ਨਾ ਕੁਝ ਕੀਤਾ
ਆਂਦੇ ਨੇ ਜਿਸ ਵੇਲੇ ਤਖਤੀ ਤੇ ਕੁਝ ਲਿਖਣਾ ਚਾਹਿਆ ਤਾਂ ਪ੍ਰਹਲਾਦ ਨੇ ਝਟ ਬਾਂਹ ਫੜ ਲਈ, ਨਾ ਪਾਂਦਾ ਹੁਣ ਨਾ ਲਿਖੀ, ਤਾਂ ਕਿਆ ਲਿਖਾਂ, ਮੇਰੀ ਪਟੀਆ ਲਿਖ ਦੇ ਸ੍ਰੀ ਗੋਪਾਲ। ਪਿਤਾ ਨੂੰ ਜਿਸ ਵੇਲੇ ਪਤਾ ਲੱਗਾ, ਪਾਂਦੇ ਨੇ ਆਖਿਆ ਕਿਤੇ ਮੇਰਾ ਨਾਂ ਨਾ ਲੱਗ ਜਾਏ, ਵੀ ਇਹ ਪੱਟੀ ਮੈਂ ਪੜ੍ਹਾਈ ਹੈ, ਕਿਉਂ ਨਾ ਮੈਂ ਹੀ ਜਾ ਕੇ ਸਾਰੀ ਗੱਲ ਦੱਸ ਦਿਆਂ, ਕੱਲ ਨੂੰ ਮੇਰੇ ਤੇ ਕੁਛ ਨਾ ਆਵੇ। ਤੋ ਪਾਂਦਾ ਪ੍ਰਹਲਾਦ ਦੇ ਪਿਤਾ ਪਾਸ ਆਇਆ, ਆ ਕੇ ਚੁਗਲੀ ਖਾਧੀ ਉਸ, ਸੰਡੇ ਮਰਕੇ ਜਾਏ ਪੁਕਾਰੇ, ਪੜੇ ਨਾਹੀਂ ਹਮ ਹੀ ਪਚਿਹਾਰੇ, ਇਹ ਪੜਦਾ ਨਹੀਂ ਮੈਂ ਹੀ ਕਹਿ ਕਹਿ ਕੇ ਥੱਕ ਗਿਆ, ਸੰਡੇ ਮਰਕੇ ਕੀ ਪੁਕਾਰ। ਕਈ ਸ਼ਬਦ ਆਉਂਦੇ ਹਨ, ਕਈ ਪੰਕਤੀਆਂ, ਸੰਡੇ ਮਰਕੇ ਕਹਿੋ ਜਾਏ ਤਾਂ ਪ੍ਰਹਲਾਦ ਬੁਲਾਵਤ ਬੇਗ ਧਾਏ। ਜਿਸ ਵੇਲੇ ਰਾਜੇ ਨੇ ਸੁਣਿਆ ਹੈ ਮੇਰਾ ਪੁੱਤਰ ਤੇ ਰਾਮ ਨਾਮ ਜਪ ਰਿਹਾ, ਮੇਰਾ ਨਾਮ ਨਹੀਂ ਜਪ ਰਿਹਾ, ਤਾਂ ਦੁਨੀਆ ਮੇਰਾ ਕਿਆ ਆਮਨਾ ਮੰਨੇਗੀ, ਛੇਤੀ ਬੁਲਾਓ। ਪ੍ਰਹਲਾਦ ਦੀ ਪੇਸ਼ੀ ਹੋਈ, ਸੰਡੇ ਮਰਕੇ ਕਹਿੋ ਜਾਏ, ਪ੍ਰਹਲਾਦ ਬੁਲਾਵਤ ਬੇਗ ਧਾਏ, ਤੇ ਕੀ ਆਖਿਆ, ਤੂੰ ਰਾਮ ਕਹਿਣ ਕੀ ਛੋਡ ਬਾਣ, ਤੁਝੇ ਤੁਰਤ ਛੁਡਾਵੂ ਮੇਰੋ ਕਹਿੋ ਮਾਨ, ਮੈਂ ਛੁਡਾ ਸਕਦਾ ਹਾਂ, ਮੈਂ ਬਣ ਵੀ ਸਕਦਾ ਹਾਂ, ਮੈਂ ਮਾਰ ਸਕਦਾ ਹਾਂ। ਤਾਂ ਪ੍ਰਹਲਾਦ ਨੇ ਹੱਸ ਕੇ ਆਖਿਆ, ਤੂੰ ਜਿਵਾ ਤਾਂ ਨਹੀਂ ਸਕਦਾ, ਮਾਰ ਸਕਦਾ, ਪਹਿਲਾ ਕੰਮ ਸਭ ਕੋਈ ਕਰ ਸਕਦਾ, ਚੰਗਾ ਹੀ ਮੁਸ਼ਕਿਲ ਹੈ, ਮਰਨਾ ਤਾਂ ਗੱਲ ਵੱਡੀ ਕੋਈ ਨਹੀਂ, ਜਵਾਣਾ ਹੀ ਔਖਾ ਹੈ ਨਾ, ਪਰ ਜਿਸ ਰਾਹ ਮੈਂ ਤੁਰਿਆ ਇਸ ਰਾਹ ਤੇ ਮੁਰਦੇ ਵੀ ਜੀ ਸਕਦੇ। ਪ੍ਰਹਲਾਦ ਨੇ ਅੱਗੋਂ ਕੀ ਆਖਿਆ, ਮੋਕੋ ਕਹਾਂ ਸਤਾਵੋ ਬਾਰ ਬਾਰ, ਸਤਾਵੋ ਬਾਰ ਬਾਰ, ਮੁਕ ਸਤਾਵੋ ਬਾਰ ਬਾਰ, ਮੁਕ ਸਤਾਵੋ ਬਾਰ ਬਾਰ, ਮੁਕ ਸਤਾਵੋ। ਬਾਰ ਬਾਰ ਮੁਕ ਕਹਾਂ ਸਤਾਵੋ, ਬਾਰ 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 ਮੁਕ ਕਹਾਂ ਸਤਾਵੋ, ਬਾਰ ਬਾਰ ਮੁਕ ਕਹਾਂ ਸਤਾਵੋ। ਬਾਰ 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 ਕਿਉਂ ਸਤਾ ਰਹੇ ਹੋ, ਇੱਕ ਵਾਰੀ ਕਹਿ ਦਿੱਤਾ ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਜੋ ਕੁਛ ਕਰਨਾ ਜੇ ਕਰ ਲਓ ਮੇਰਾ, ਤੂੰ ਸਮਝਦਾ ਕਿ ਮੈਂ ਬਾਪ ਹਾਂ, ਮੈਂ ਮੋਹ ਦੇ ਬਸ ਆਇਆ, ਕੁਛ ਨਾ ਕਰਾਂਗਾ, ਨਹੀਂ ਬਾਪ, ਮੈਂ ਤੈਨੂੰ ਉਹ ਬਾਪ ਨਹੀਂ ਸਮਝਦਾ ਜੋ ਰਹਿਮ ਦਿਲ ਹੁੰਦੇ, ਤੇਰਾ ਦਿਲ ਦਿਲ ਨਹੀਂ ਪੱਥਰ ਦਾ ਟੁਕੜਾ, ਜੋ ਰੱਬ ਤੋਂ ਮੁਨਕਰ ਹੋ ਗਿਆ, ਜਿਹਦੀ ਭਗਤੀ ਕਰਕੇ ਵਰ ਲਿਆ, ਉਸੇ ਨੂੰ ਜਿਹਨੇ ਨਿੰਦ ਛੱਡਿਆ ਤੇ ਆਪ ਭਗਵਾਨ ਬਣ ਬੈਠਾ,
ਨਹੀਂ ਬਾਪ, ਤੈਨੂੰ ਬਾਪ ਕਹਿੰਦਿਆਂ ਹੀ ਮੈਨੂੰ ਸ਼ਰਮ ਆ ਰਹੀ। ਤਾਂ ਹੀ ਆਖਿਆ ਹਰਨਾਕਸ਼ ਵਰਗਾ ਪਿਤਾ ਹੋਵੇ ਬਿਸ਼ੱਕ ਤਿਆਗ ਦੇਵੇ, ਕੋਈ ਪਾਪ ਨਹੀਂ। ਕਕਈ ਵਰਗੀ ਬਾਂ ਹੋਵੇ ਬਿਸ਼ੱਕ ਤਿਆਗ ਦੇਵੇ, ਰਾਵਣ ਵਰਗਾ ਭਾਈ ਹੋਵੇ ਬੇਸ਼ੱਕ ਤਿਆਗ ਦੇਵੇ, ਤੇ ਪ੍ਰਿਥੀਏ ਵਰਗਾ ਪੁੱਤਰ ਤਿਆਗਿਆ ਕਿ ਨਾ ਤਿਆਗੀ। ਗੁਰੂ ਰਾਮਦਾਸ ਪਾਤਸ਼ਾਹ ਨੇ ਪ੍ਰਿਥੀ ਚੰਦ ਨੂੰ ਤਿਆਗ ਦਿੱਤਾ, ਸਾਧ ਸਿੰਘ ਬੋਲੋ ਸ੍ਰੀ ਰਾਮ ਰਾਏ ਨੂੰ ਤਿਆਗ ਦਿੱਤਾ, ਕਿਉਂਕਿ ਇਹਨੇ ਅੱਖਰ ਬਦਲਾਇਆ ਬਾਣੀ ਦਾ, ਆਖਿਆ ਮਿੱਟੀ ਬੇਈਮਾਨ ਕੀ। ਪਰ ਲਿਖਿਆ ਤਾਂ ਸੀ ਮਿੱਟੀ ਮੁਸਲਮਾਨ ਕੀ, ਇਹਨੇ ਅੱਖਰ ਕਿਉਂ ਬਦਲਾਇਆ? ਬਾਣੀ ਦਾ ਇੱਕ ਅੱਖਰ ਬਦਲਾਉਣ ਵਾਲਾ ਏਡੀ ਸਜ਼ਾ ਦੇ ਲਾਇਕ ਹੈ, ਤੇ ਬਾਣੀ ਪੜ ਕੇ ਤੇ ਫਿਰ ਖੁਦੀ ਵਿੱਚ ਆਉਣ ਵਾਲਾ ਕਿਤਨੀ ਸਜ਼ਾ ਪਾਏ। ਆਖਿਆ ਮੋਕੋਂ ਕਹਾਂ ਸਤਾਵੋ ਬਾਰ ਬਾਰ, ਮੈਨੂੰ ਇਹ ਦੱਸ ਬਈ ਜੇ ਤੂੰ ਰੱਬ ਹੈ ਤਾਂ ਇਹ ਜਲ ਥਲ, ਇਹ ਪਹਾੜ ਪਰਬਤ, ਇਹ ਜੋ ਕੁਝ ਸ੍ਰਿਸ਼ਟੀ ਦੀ ਰਚਨਾ ਹੈ ਤੂੰ ਰਚੀ ਹੈ? ਭਈ ਤੂੰ ਜੋ ਨਿਰੰਕਾਰ ਬਣਿਆ ਬੈਠਾ, ਭਈ ਮੈਂ ਨਿਰੰਕਾਰ ਹਾਂ। ਤੈਨੂੰ ਇਹ ਵੀ ਪਤਾ ਕੋਈ ਨੀ ਵੀ ਨਿਰੰਕਾਰ ਵਿੱਚ ਕਿਆ ਗੁਣ ਹੈ, ਨਿਰੰਕਾਰ ਦਾ ਗੁਣ ਕੀ ਹੈ? ਇੱਕ ਬੰਦੇ ਦਾ ਮਨ ਲੈਣਾ ਕਿਸੇ ਨੂੰ ਬਈ ਇਹ ਨਿਰੰਕਾਰ ਹੈ, ਉਹ ਨਿਰੰਕਾਰ ਬਣ ਗਿਆ। ਨਿਰੰਕਾਰ ਦੀ ਇਹ ਸਾਰੀ ਰਚਨਾ ਇੱਕ ਅੱਖ ਦੇ ਫੌਰ ਨਾਲ ਪ੍ਰਗਟ ਹੋਈ, ਔਰ ਜਦੋਂ ਚਾਹੇ ਇਹ ਸਾਰੀ ਰਚਨਾ ਇੱਕ ਅੱਖ ਦੇ ਮਿਟਣ ਤੇ ਖੋਲਣ ਜਿੰਨੇ ਵਕਤ ਵਿੱਚ ਖਤਮ ਕਰ ਦੇ। ਜਬ ਉਦਕਰਖ ਕਰਾ ਕਰ ਤਾਰਾ, ਪਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋਏ ਕਬ ਹੂੰ, ਤੁਮੈਂ ਮਿਲਤ ਦੇਹ ਦਰ ਸਭ। ਇਹ ਤੇਰੀ ਸਮਰਥਾ। ਪ੍ਰਹਲਾਦ ਨੇ ਪਿਤਾ ਨੂੰ ਆਖਿਆ ਤੂੰ ਆਖਦਾ ਮੈਂ ਰੱਬ ਹਾਂ, ਤੂੰ ਰੱਬ ਨਹੀਂ, ਰੱਬ ਉਹ ਹੈ ਜਿਸ ਨੇ ਆ ਸ੍ਰਿਸ਼ਟੀ ਰਚੀ। ਪ੍ਰਭ ਜਲ ਥਲ ਗਿਰ ਕੀਏ ਪਹਾੜ, ਜਿਸ ਪ੍ਰਭੂ ਨੇ ਜਲ ਥਲ ਇਹ ਪਹਾੜ ਬਣਾਏ ਹਨ ਉਹ ਹੈ, ਤੂੰ ਨਹੀਂ। ਹਾਂ ਜੇ ਤੂੰ ਉਸਦਾ ਨਾਮ ਜਪੇ, ਉਹਦਾ ਧਿਆਨ ਧਰੇ, ਮੂੰਹੋਂ ਆਪ ਨੂੰ ਕੁਛ ਨਾ ਆਖੇ, ਤਾਂ ਤੈਨੂੰ ਬਾਣੀ ਖਿਤਾਬ ਦੇਵੇਗੀ ਕਿ ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ। ਬਾਣੀ ਵਿੱਚ ਸਾਹਿਬ ਆਖਦੇ ਨੇ ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ। ਉਹ ਪ੍ਰਭੂ ਤੈਥੋਂ ਦੂਰ ਨਹੀਂ, ਤੈਥੋਂ ਵੱਖ ਨਹੀਂ, ਬੁੜਿਆ ਸਾਈਂ ਤੈਥੋਂ ਵੱਖ ਨਾ ਹਾ, ਫਰਕ ਵੀ ਵਿੱਚੋਂ ਕੱਖ ਨਾ ਹਾ, ਪਰ ਵੇਖਣ ਵਾਲੀ ਅੱਖ ਨਾ ਹਾ। ਉਹ ਤਾਂ ਵੇਖਣ ਤੋਂ ਪਹਿਲਾਂ ਹੀ ਅੰਨੇ ਹੋ ਗਏ, ਉਹਨਾਂ ਵੇਖਣਾ ਕਿੱਥੋਂ ਸੀ। ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ। ਉਹ ਪ੍ਰਭੂ ਤੈਥੋਂ ਦੂਰ ਨਹੀਂ, ਜੇ ਤੂੰ ਉਸਦੀ ਉਪਾਸਨਾ ਕਰ ਰਹੇ ਹੈ, ਉਸਦੇ ਨਕਸ਼ੇ ਕਦਮ ਤੇ ਚੱਲ ਰਹੇ ਹੈ, ਉਹਦੇ ਮਾਰਗ ਤੇ ਜਾ ਰਹੇ ਹੈ, ਉਹਦੀ ਸੰਗਤ ਵਿੱਚ ਜਾਣਾ, ਉਸਦਾ ਨਾਮ ਜਪਣਾ, ਤਾਂ ਉਹ ਤੈਥੋਂ ਦੂਰ ਨਹੀਂ, ਤੂੰ ਆਪ ਹੀ ਉਸੇ ਦਾ ਰੂਪ ਹੈ। ਕਿਸੇ ਕਿਸੇ ਵੇਲੇ ਤੇਰੇ ਅੰਦਰ ਤੂੰ ਵੇਖ ਲਈ, ਬੇਸ਼ੱਕ ਸ਼ੀਸ਼ੇ ਵਿੱਚ ਜਾਤੀ ਪਾ ਕੇ ਤੈਨੂੰ ਆਪਣਾ ਚਿਹਰਾ ਬਦਲਿਆ ਬਦਲਿਆ ਨਜ਼ਰ ਆਵੇਗਾ, ਔਰ ਤੇਰੀ ਅੰਦਰਲੀ ਤਾਸੀਰ ਹੋਰ ਦੀ ਹੋਰ ਹੋ ਜਾਏਗੀ। ਅਚਾਨਚਕ ਤੈਨੂੰ ਖੁਸ਼ਬੂ ਆਉਣ ਲੱਗ ਜਾਏਗੀ ਆਪਣੇ ਕੋਲੋਂ, ਔਰ ਤੂੰ ਸੋਚੇਗਾ ਕਿਵੇਂ ਖੁਸ਼ਬੂ ਅੱਜ ਲਾਈ ਨਹੀਂ, ਆ ਕਿੱਥੋਂ ਰਹੀ ਹੈ।
ਆਖਿਆ ਪ੍ਰਭ ਜਲ ਥਲ ਗਿਰ ਕੀਏ ਪਹਾੜ। ਆਖਿਆ ਮੈਂ ਬਹਿਸ ਨਹੀਂ ਕਰਦਾ ਤੇਰੇ ਨਾਲ, ਤੂੰ ਇਹ ਦੱਸ ਬਈ ਨਾਮ ਛੱਡਣਾ ਹੀ ਕਿ ਕੋਈ ਨਾ। ਤਾਂ ਪ੍ਰਹਲਾਦ ਨੇ ਆਖਿਆ ਇੱਕ ਰਾਮ ਨਾ ਛੋਡੋ ਗੁਰਹਿ ਗਾਲ, ਮੈਨੂੰ ਗੁਰੂ ਦੀ ਗਾਲ ਲੱਗਦੀ ਹੈ ਜੇ ਮੈਂ ਨਾਮ ਛੱਡਦੀ। ਇੱਕ ਰਾਮ ਨਾ ਛੋਡੋ ਗੁਰਹਿ ਗਾਲ ਤੇ ਫਿਰ ਮੈਂ ਤੇਰੇ ਨਾਲ ਬਹੁਤ ਬੁਰੀ ਕਰਾਂਗਾ। ਪ੍ਰਹਲਾਦ ਨੇ ਆਖਿਆ ਮੋਕੋਂ ਖਾਲ ਜਾਲ ਭਾਵੇਂ ਮਾਰ ਡਾਲ, ਪਰ ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਕਿਉਂ ਮੇਰਾ ਅਵਰ ਪੜਨ ਸਿਓ ਨਹੀਂ ਕਾਮ। ਤੋ ਅੱਜ ਪੂਰਨਮਾਸ਼ੀ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਆਗਮਨ ਦਿਨ, ਤੇ ਨਾਲ ਦਿਨ ਹੈ ਯਾਦਗਾਰੀ ਪ੍ਰਹਲਾਦ ਦਾ, ਤੇ ਕੱਲ ਹੈ ਦਿਨ ਹੋਲੇ ਮਹੱਲੇ ਦਾ। ਇਹ ਅਨੰਦਪੁਰ ਸਾਹਿਬ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਹੋਲਾ ਮਨਾਇਆ ਕਰਦੇ ਸਨ, ਕਿਵੇਂ ਹੋਲੀਆਂ ਦੀ ਇਹ ਨਾ ਮੁਰਾਦ ਰਸਮ ਸਾਰੀ ਹਟਾ ਕੇ ਤੇ ਹੋਲੇ ਮਹੱਲੇ ਦੀ ਇਹ ਰੀਤ ਰਸਮ ਇਹ ਰਹਿਤ ਮਰਿਆਦਾ ਸਾਨੂੰ ਬਖਸ਼ਿਸ਼ ਕੀਤੀ ਔਰ ਇਸ ਦਿਨ ਦੇ ਗੁਣ ਸਾਨੂੰ ਦੱਸੇ, ਤਾਂ ਉਹ ਜ਼ਿਕਰ ਕਰਾਂਗੇ ਕੱਲ। ਹੁਣ ਕੀਰਤਨ ਸਮਾਪਤੀ, ਭੁੱਲਾਂ ਚੁੱਕਾਂ ਬਖਸ਼ਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।